ਅਕਾਲੀ ਦਲ ਦੇ ਰਾਜ ਤੋਂ ਪੰਜਾਬ ਦੇ ਲੋਕ ਦੁਖੀ ਨੇ ਤੇ ਹਾਲਾਤ ਇਹ ਨੇ ਕਿ ਅਕਾਲੀਆਂ ਨੂੰ ਵਿਧਾਨ ਸਭਾ ਚੋਣਾਂ 'ਚ ਮਿਲਣਗੀਆਂ ਸਿਰਫ 5 ਸੀਟਾਂ। ਇਹ ਕਹਿਣਾ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ। ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ ਨੇ। ਉਹਨਾਂ ਨੇ ਵੋਟ ਅਪੀਲ ਕਰਨ ਦੇ ਲਈ ਕਸਬਾ ਧਿਆਨਪੁਰ 'ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਗੰਦੇ ਰਾਜ ਤੋਂ ਆਪਣਾ ਛੁਟਕਾਰਾ ਪਾਉਣਾ ਚਾਹੁੰਦੇ ਹੋ, ਆਹ ਤੁਸੀਂ ਵੇਖਿਆ ਮੀਟਿੰਗ ਸੀਗੀ, ਇਹ ਰੈਲੀ ਆ, ਇਹਦੇ ਤੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ ਲਹਿਰ ਚੱਲ ਪਈ ਆ ਕਿ ਬਾਦਲ ਔਰ ਆਪ ਦਾ ਇੱਥੇ ਕੋਈ ਵਜੂਦ ਨਹੀਂ, ਲੋਕ ਕਾਂਗਰਸ ਦੇ ਨਾਲ ਨੇ ਔਰ ਪੰਜਾਬ 'ਚੋਂ ਗੁੰਡਾਗਰਦੀ ਖਤਮ ਕਰਨਾ। ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪੰਜਾਬੀਆਂ ਦੇ ਦਿਲਾਂ 'ਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਤੇ ਪੰਜਾਬ 'ਚ ਫੈਲੇ ਨਸ਼ੇ ਨੂੰ ਲੈ ਕੇ ਰੋਸ਼ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ।